ਵੀ ਬਾਰ ਕਿਵੇਂ ਹਾਲ ਹੈ ਖੈਰ ਖਰੀਆ ਦੇ ਤਬੀਅਤ ਸੇ ਚੰਗੀ ਉਮੀਦ ਕਰੇ ਨਾ ਕਿ ਸਾਰੇ ਦੋਸਤ ਠੀਕ ਹੋ ਸੋ ਮੈਂ ਹਾਂ ਉਮਰ ਫਾਰੂਕ ਤੇ ਸੋ ਦੇਖਦੇ ਪਏ ਮੇਰਾ YouTube ਚੈਨਲ ਉਮਰ ਆਫੀਸ਼ੀਅਲ ਤਾਂ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟਸ ਕਰੋ ਤਾਂ ਅੱਜ ਸਾਡੇ ਚੂਜ਼ੇ ਦੇ ਡਾਵੇਂ ਦੀ ਬਹਾਰ ਹੈ ਖੈਰ ਦੇ ਨਾਲ ਅਸਾਂ ਅੱਜ ਚੂਜ਼ੇ ਦੀ ਦਵਾਈ ਦੇਵਣੀ ਹੈ ਚੂਜ਼ੇ ਕੋ ਅਸਾਂ ਤੇ ਅਸਾਂ ਦੇਖਦੇ ਪਏ ਦੇਖਾਂ ਚੂਜ਼ੇ ਕੋ ਦਵਾਈ ਕਿਹੜੇ ਤਰੀਕੇ ਨਾਲ ਦਿਵੀਂਦੀ ਹੈ ਕਿਵੇਂ ਮਿਕਸ ਕਰੀਂਦੀ ਹੈ ਤੇ ਉਹ ਸਾਰੇ ਦੋਸਤਾਂ ਨੂੰ ਦਿਖਾਉਂਦੇ ਵੀ ਹੈ ਤੇ ਸਮਝਾਉਂਦੇ ਵੀ ਹੈ ਤਾਂ ਜੁਲਦੇ ਹੈ ਵੀਡੀਓ ਦੀ ਤਰਫ ਤੇ ਅੱਜ ਇੱਕ ਨਵੀਂ ਸ਼ਾਇ ਮੈਂ ਚੂਜ਼ੇ ਕੋ ਸਾਂ ਉਹ ਵੀ ਸਾਰੇ ਦੋਸਤਾਂ ਕੋ ਵੀਵਰਾਂ ਕੋ ਦਿਖਾ ਸਾਂ ਕਿ ਚੂਜ਼ਾ ਸਿਰਫ ਦਵਾਈ ਨਹੀਂ ਕੋਈ ਵੀ ਸ਼ਾਇ ਕਰਦੇ ਹੋ ਤਾਂ ਉਹ ਇਨਸ਼ਾਅੱਲਾ ਚੂਜ਼ਾ ਖਾਂਦੇ ਤੇ ਉਹ ਕੋ ਖਮਾਵਣੀ ਪਾਉਂਦੀ ਹੈ ਤੇ ਇਨਸ਼ਾਅੱਲਾ ਅੱਜ ਚੂਜ਼ੇ ਦੀ ਦਾਵੀਂ ਦੀਵਾਰ ਤੇ ਤੁਹਾਨੂੰ ਦਿਖਾਉਂਦੇ ਆਂ ਚੂਜ਼ੇ ਦੀ ਹਾਲਤ ਅਭੀ ਵਾਰ ਇਹ ਦਵਾਈ ਹੈ ਅਸਾਂ ਜਿਹੜਾ ਨਾ ਦਵਾਈ ਪੈਂਦੇ ਪਏ ਅਸਾਂ ਇਹ ਦਵਾਈ ਪਾਉਣੀ ਹੈ 4 ਲੀਟਰਾਂ ਦੇ ਵਿੱਚ ਤਕਰੀਬਨ 1 ਗ੍ਰਾਮ 4 ਲੀਟਰਾਂ ਦੇ ਵਿੱਚ 1 ਗ੍ਰਾਮ ਅਸਾਂ ਇਹ ਪਾਊਡਰ ਵਾਲੀ ਦਵਾਈ ਹੈ ਇਹ ਮਿਕਸ ਕਰਨੀ ਹੈ ਇਹਦੇ ਵਿੱਚ ਇਹਦੀ ਬੁਖਾਰ ਦੀ ਸ਼ਾਇਦ ਇਹ ਦਵਾਈ ਹੈ ਅਤੇ ਉਹ ਬੁਖਾਰ ਜਿਹੜੇ ਵੇਲੇ ਚੂਜ਼ੇ ਬੁਖਾਰ ਥੀਂਦੇ ਅਤੇ ਉਹ ਦੋ ਕਰਾਂ ਕੋਲ ਪਹਿਲੇ ਦਿਵੀਂਦੀ ਹੈ ਤਾਂ ਅਸਾਂ ਮਿਕਸ ਕਰ ਗਈ ਜਿਸ ਦਵਾਈ ਦਵਾਈ ਸਾਡੀ ਮੁਕੰਮਲ ਥੀ ਗਈ ਅੱਲਾ ਦੇ ਹੁਕਮ ਨਾਲ ਅਸਾਂ ਇਹ ਦਵਾਈ ਨੂੰ ਦੂਜੇ ਨਾਲ ਵਾਲੇ ਬੋਤਲ ਦੇ ਵਿੱਚ ਸੁੱਟੇ ਬੋਤਲ ਦੇ ਵਿੱਚ ਸੱਟ ਕੇ ਅਤੇ ਵਾਲਾ ਅਸਾਂ ਨੇ ਸੂਈ ਨੂੰ ਛੇੜਦੇ ਵਿੱਚ ਦਵਾਈ ਨੂੰ ਵਹਿੰਦੇ ਹਾਂ ਬੋਤਲਾਂ ਨੂੰ ਵਾਂਝ ਕੇ ਰੱਖਦੇ ਹਾਂ ਅਤੇ ਵਹਿੰਦੇ ਹਾਂ ਦੇਖਾਂ ਚੂਜ਼ੇ ਵਾਲੀ ਸਾਈਡ ਤੋਂ ਬਾਅਦ ਅਸਾਂ ਪਹੁੰਚਾਂ ਚੂਜ਼ੇ ਦੇ ਸਿਰ ਦੇ ਉੱਤੇ ਮੈਂ ਬੋਤਲਾਂ ਰੱਖ ਦਿੱਤੀਆਂ ਅਤੇ ਅੱਛਾ ਹੈ ਮਾਸ਼ਾਅੱਲਾ ਅੱਜ ਦਾਵੀਂ ਦੀਵਾਰ ਹੈ ਚੂਜ਼ੇ ਦੀ ਅਤੇ ਚੂਜ਼ਾ ਅੱਛਾ ਹੈ ਅੱਜ ਮੈਂ ਜਿਹੜਾ ਨਾ ਚਾਵਲ ਇਹਨਾਂ ਕੋਲ ਸੱਟਣ ਚਾਵਲਾਂ ਦੀ ਇਹਨਾਂ ਦੀ ਜਿਹੜਾ ਨਾ ਮੈਂ ਕਿ ਥੋੜ੍ਹਾ ਜਿਹਾ ਅੱਜ ਇਹਨਾਂ ਕੋਲ ਦਿਖਾ ਦੇਵਾਂ ਲੇਕਿਨ ਇਹ ਖਾਂਦੇ ਜਾਂ ਨਹੀਂ ਖਾਂਦੇ ਲੇਕਿਨ ਸ਼ੁਕਰ ਹੈ ਅਲਹਮਦੁਲਿਲਾ ਚਾਵਲ ਖਾਂਦੇ ਪੈਣ ਬੜੀ ਸ਼ੌਕ ਨਾਲ ਖਾਂਦੇ ਪੈਣ ਚਾਵਲ ਇਹ ਸਾਰੇ ਵਿਵਰਸ ਵੀ ਦੇਖਦੇ ਪਏ ਉਸ ਬੜੀ ਸ਼ੌਕ ਨਾਲ ਚਾਵਲ ਖਾਂਦੇ ਪੈਣ ਤਾਂ ਇਹਦੀ ਦਵਾਈ ਦਾ ਟਾਈਮ ਹੈ 2 ਘੰਟੇ 2 ਘੰਟੇ ਇਹਦੀ ਦਵਾਈ ਰੱਖਣੀ ਹੈ ਅਤੇ 2 ਘੰਟਾ ਬਾਅਦ ਦਵਾਈ ਚਾਹ ਗਿਣਨੀ ਹੈ ਜੋ ਉਹਦਾ ਅਸਰ ਖਤਮ ਥੀ ਵੇਂਦੇ ਭਲਾ ਤਾਜ਼ਾ ਪਾਣੀ ਵੀ ਛੱਡ ਸਕਦੇ ਵੇ ਅਤੇ ਅਗਰ ਤਾਜ਼ਾ ਪਾਣੀ ਨਹੀਂ ਵੇ ਉਹ ਕਰੇ ਦੇ ਤਾਂ ਬਸ ਕਿ ਉਹ ਦੇਸੀ ਨੁਸਖਾ ਹੈ ਉਹ ਜਿਹੜਾ ਨਾ ਇਹਨਾਂ ਕੋਲ ਜ਼ਰੂਰ ਦੇਵਣੇ ਥੂਮ ਦੀ ਇੱਕ ਫਲੀ ਕੁੱਟ ਕੇ ਪਾਣੀ ਦੇ ਵਿੱਚ ਛੱਡ ਦਿਓ ਉਹਦੇ ਨਾਲ ਬਿਮਾਰੀ ਵੀ ਨਹੀਂ ਆਉਂਦੀ ਅਤੇ ਇਹਨਾਂ ਕੋਲ ਅੱਗੂ ਵਾਲੀ ਦੀਵਾਰ ਹੈ ਇਹ 12ਵੀਂ ਦੀਵਾਰ 11ਵੀਂ 12ਵੀਂ ਦੀਵਾਰ ਅਸਾਂ ਵੈਕਸੀਨ ਵੀ ਕਰਨੀ ਹੈ ਅਤੇ ਅਸਾਂ ਚੂਜ਼ੇ ਕੋ ਇੱਕ ਅਜਿਹੀ ਸ਼ਾਇਦ ਹੈ ਜਿਹਦੇ ਨਾਲ ਚੂਜ਼ੇ ਕੋ ਬਿਲਕੁਲ ਬਿਮਾਰੀ ਨਹੀਂ ਲੱਗਦੀ ਇਨਸ਼ਾਅੱਲਾ ਤਾਲਾ ਉਹ ਵੀ ਤੋਂ ਮੈਂ ਸਾਰਿਆਂ ਦੋਸਤਾਂ ਨੂੰ ਲਿਖੇ ਸਾਂ ਦੇਖੋ ਚੂਜ਼ਾ ਅੱਜ ਪਰੀ ਕੱਢੀ ਪਾਏ ਪੂਛ ਕੱਢੀ ਪਾਏ ਚੰਗਾ ਚੂਜ਼ਾ ਬੜਾ ਪਾਏ ਹੁਣ ਮਾਸ਼ਾਅੱਲਾ ਹੁਣ ਗ੍ਰਾਮਾਂ ਦੇ ਵਿੱਚ ਆ ਗਏ ਅਤੇ ਇਹ ਵੀ ਜਾਲੇ ਦੋਸਤਾਂ ਕੋਲ ਸਾਹਮਣਾ ਚਾਹੁੰਦਾ ਕਿ ਚੂਜ਼ੇ ਦਾ ਅਹਿਤਿਆਤ ਜ਼ਰੂਰੀ ਹੈ ਇਹਦੇ ਕੋਲ ਇਨਤੇ ਬੰਦਾ ਰੱਖ ਕੇ ਅਤੇ ਨਾ ਭੱਜ ਵੰਜੇ ਕਿਉਂਕਿ ਮੈਂ ਇੱਕ ਦੀਵਾਰ ਭੱਜਣ ਦੇ ਨਾਲ ਮੇਰੇ ਬਹੁਤ ਸਾਰਾ ਨੁਕਸਾਨ ਥਾਏ ਤਕਰੀਬਨ 30-35 ਚੂਜ਼ੇ ਮੇਰੇ ਮੋਹਨ ਇਹ ਬਿਮਾਰੀ ਨਾਲ ਨਹੀਂ ਮੋਏ ਚੂਜ਼ੇ 30-35 ਚੂਜ਼ੇ ਇਸ ਵਾਸਤੇ ਮੋਹਨ ਕਿ ਇਹਨਾਂ ਚੂਜ਼ਿਆਂ ਆਪਣੇ ਆਪ ਨੂੰ ਲਤਾੜ ਸੱਟੇ ਜਿਤਨੇ ਚੂਜ਼ਿਆਂ ਦੀ ਇੱਕ ਸਾਈਡ ਇਕੱਠੇ ਥੀ ਗਏ ਅਤੇ ਮੈਂ ਵਧਾ ਕੋ ਨਾ ਆਵੀ ਅਤੇ 30-35 ਚੂਜ਼ਿਆਂ ਦਾ ਮੇਰਾ ਨੁਕਸਾਨ ਥਾਏ ਅਤੇ ਅੱਲਾ ਪਾਕ ਇਨਸ਼ਾਅੱਲਾ ਸਾਰੇ ਨੁਕਸਾਨ ਪੂਰਾ ਕਰੇ ਸੀ ਸਾਨੂੰ ਉਮੀਦ ਹੈ ਸਾਡੀ ਮਿਹਨਤ ਹੈ ਅਤੇ ਅੱਜ ਦਾ ਚੂਜ਼ਾ 12ਵੀਂ ਦੀਵਾਰ ਦਾ ਚੂਜ਼ਾ ਸਾਰੇ ਵਿਵਰਾਂ ਨੂੰ ਲਿਖੇਂਦਾ ਪਿਆ ਅੱਛੀ ਇਹਦੀ ਗਰੋਥ ਵਹਿੰਦੀ ਪਈ ਹੈ ਇਹਦੀ ਪਰੀ ਦੇਖਦੇ ਪਾਓ ਸੋ ਤੁਸੀਂ ਇਹਦੀ ਪਰੀ ਨਿਕਲ ਆਈ ਹੈ ਇਹਦਾ ਪੂਛ ਨਿਕਲ ਆਏ ਜ਼ਬਰਦਸਤ ਥੀ ਗਏ ਤਾਂ ਜਿਹੜੇ ਵੀ ਮੇਰੇ ਚੈਨਲ ਦੇ ਉੱਤੇ ਦੋਸਤ ਅਹਿਬਾਬ ਨਵੇਂ ਹਨ ਉਹਨਾਂ ਸਾਰਿਆਂ ਦੋਸਤਾਂ ਬਾਬਾ ਕੋਲ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟਸ ਕਰੋ ਅੱਜ ਅਸਾਂ ਚੂਜ਼ੇ ਦੀ ਦਵਾਈ ਪਾ ਦਿੱਤੀ ਹੈ ਅਤੇ ਸਾਰੇ ਦੋਸਤਾਂ ਨੂੰ ਮੈਂ ਦਿਖਾ ਦਿੱਤੇ ਅਤੇ ਅਗਰ ਕੋਈ ਦੋਸਤ ਵੀ ਰੱਖੀ ਪਾਏ ਤਾਂ ਇਹਨਾਂ ਕੋਲ ਘਾਸ ਜ਼ਰੂਰ ਦਿਓ 9ਵੀਂ 10ਵੀਂ ਦੀਵਾਰ ਕੋਲ ਇਹਨਾਂ ਕੋਲ ਜੇਕੋ ਅਸਾਂ ਗਈਆਂ ਮੰਜਿਆਂ ਕੋਲ ਘਾਸ ਸੁੱਟਣੇ ਉਹ ਇਹਨਾਂ ਕੋਲ ਜ਼ਰੂਰ ਦਿਓ ਜੋ ਇਹਨਾਂ ਦਾ ਮੈਦਾ ਸਹੀ ਰਹਿੰਦੇ ਅਤੇ ਬਕਾਇਦਾ ਇਹਨਾਂ ਕੋਲ ਸ਼ੁਕਰ ਅਲਹਮਦੁਲਿਲਾ ਜਿਹੜੀ ਸ਼ਾਇ ਵਿੱਚ ਤੋਂ ਖਵੇ ਸੋ ਇਹ ਖਾਸ ਹਨ ਲੇਕਿਨ ਤਰੀਕੇ ਨਾਲ ਇਵੇਂ ਨਹੀਂ ਕਿ ਸੋ ਯਕਦਮ ਇੱਕੋ ਸ਼ਾਇ ਦੇਵਣ ਲੱਗ ਪਏ ਸੋ ਵਾਤੀ ਦੀ ਸਿਹਤ ਵੀ ਖਰਾਬ ਥੀਂਦੀ ਹੈ ਅਤੇ ਬਾਅਦ ਚੂਜ਼ੇ ਦੀ ਉਹ ਜਾਂ ਨਹੀਂ ਰਹਿੰਦੀ ਅਤੇ ਇਹਨਾਂ ਕੋਲ ਇੱਕ ਟਾਈਮ ਤਾਂ ਜ਼ਰੂਰੀ ਹੀ ਅਸਾਂ ਉਹ ਦੇਵਣੇ
खुराक देवनी है, एक टाइम फीड देवनी है, तो बीच में मसा के थोड़ा थोड़ा करके खवे सुरां दे इंशाल्लाह। ये देसी चीज़ा ते भी उठी आसन ते इंशाल्लाह ताला मैं सारे दोस्तों को एडी कहसा कि मैं इन गोल्डन मिश्री दे विचों देसी अंडा गिनसा इंशाल्लाह। ये थोड़े सामने उसी इंशाल्लाह मैं वीडियो चढ़े सरां दा। ये जरा अंडा देसी और देसी उसी इन्हों की मैं देसी खुराक इन्हों को मैं देसा, मैं इन्हों को फीड न देसा। फिल वक्त इस वास्ते फीड नहीं था पियाँ कि ये हाले बहुत छोटे हैं, ये फीड के उत्ते ग्रोथ जल्दी करेन, फीड के अद्वियात इतने होने के बीमारी का खतरा नहीं होता, तो इन्हों की ग्रोथ भी अच्छी थी है। तो देखते दे पे दोस्तों ये चलते फिलते पैन, आज बहुत ही जबरदस्त मौसम बड़ा कड़े, तो ये भी खुशहाल हैं, तो सारे दोस्त देखते दे पे हो सन। तो सारे दोस्तों को रिक्वेस्ट है कि मेरे चैनल को लाइक करो, सब्सक्राइब करो, लाइक करो, शेयर करो, कमेंट्स करो, तो इंशाल्लाह मैं सारे दोस्तों को दिखा सकता जे तक मौजूदा पले सारा। वालेकुम सलाम।